ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਬਲੌਗਸ 'ਤੇ। ਉਮੀਦ ਕਰਦੇ ਤੁਸੀਂ ਸਾਰੇ ਵਧੀਆ ਹੋਵੋਗੇ, ਠੀਕ ਠਾਕ ਹੋਵੋਗੇ। ਅਤੇ ਇਸੇ ਉਮੀਦ ਦੇ ਨਾਲ ਆਪਾਂ ਅੱਜ ਦਾ ਬਲੌਗ ਜਿਹੜਾ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਹਾਂ। ਅਤੇ ਦਿਨ ਹੈਗਾ ਅੱਜ ਸੰਡੇ ਦਾ। ਤਰੀਕ ਕਿੰਨੀ ਅੱਜ? 20 ਜੁਲਾਈ ਅੱਜ। ਅਤੇ ਸਾਰਿਆਂ ਨੂੰ ਹੈਪੀ ਸੰਡੇ। ਅਤੇ ਹੋਰ ਸੁਣਾਓ ਜੀ, ਕੀ ਹਾਲ ਚਾਲ ਨੇ? ਟਾਈਮ ਮੋਰਨਿੰਗ ਦਾ ਆ 8:15 ਹੋ ਗਏ, ਜਾਣੀ ਕਿ 8:15 ਹੋ ਗਏ ਆ। ਅਤੇ ਬਾਹਰਲਾ ਆਪਣਾ ਕੰਮ ਥੋੜ੍ਹਾ ਵਾਲਾ ਹੋ ਗਿਆ, ਥੋੜ੍ਹਾ ਵਾਲਾ ਰਹਿੰਦਾ ਆ, ਪਸ਼ੂ ਨਵਾਉਣੋਂ ਰਹਿ ਗਏ ਆ। ਅਤੇ ਉਹ ਦੇਖਦੇ ਆ ਹੁਣ ਕੌਣ ਨਵਾਉਂਦਾ, ਜਾਂ ਮੇਰੀ ਡਿਊਟੀ ਲੱਗਦੀ ਆ ਜਾਂ ਇਹਨਾਂ ਦੀ ਲੱਗਦੀ ਆ। ਅੱਜ ਮੈਨੂੰ ਲੱਗਦਾ ਮੇਰੀ ਡਿਊਟੀ ਨਹੀਂ ਲੱਗੂਗੀ, ਕਿਉਂਕਿ ਆਪਣੇ ਅੱਜ ਇੱਕ ਬੰਦਾ ਲੱਗਿਆ ਹੋਇਆ, ਉਹਦੇ ਲਈ ਰੋਟੀ ਪਾਣੀ ਵੀ ਬਣਾਉਣਾ ਆ। ਅਤੇ ਬਹੁਤ ਜ਼ਿਆਦਾ ਕੰਮ ਹੁੰਦਾ ਅਤੇ ਗਰਮੀ ਬਹੁਤ ਜ਼ਿਆਦਾ ਆ। ਇਹਨਾਂ ਸਾਰਿਆਂ ਨੂੰ ਪਤਾ ਵੀ ਮੇਰੇ 'ਤੇ ਗਰਮੀ ਦੇ ਵਿੱਚ ਕੰਮ ਜਿਹੜਾ ਬਹੁਤ ਘੱਟ ਹੁੰਦਾ। ਅਤੇ ਯਾਰ ਹੁਣ ਠੀਕ ਆ, ਜਾਂ ਬੁਖਾਰ ਨਿਕਲਦਾ ਹੋਇਆ ਗਾ, ਖੰਘ ਅਤੇ ਥੋੜ੍ਹਾ ਜਿਹਾ ਜ਼ੁਕਾਮ ਆ। ਅਤੇ ਟੀ ਵੀ ਇਹਨੇ ਲਾ ਲਿਆ, ਉੱਠ ਕੇ ਦੁੱਧ ਪੀ ਲਿਆ ਅਤੇ ਹਾਲੇ ਬਿਸਤਰੇ ਪੁੱਕਣੇ ਪਏ ਨੇ। ਚੱਲ ਸਾਈਡ 'ਤੇ, ਉਹ ਮੈਂ ਬਿਸਤਰੇ ਚੱਕ ਲਵਾਂ, ਤੇਰੀਆਂ ਰਜਾਈਆਂ ਹਾਲੇ ਚੱਕਦਾ। ਟੀ ਵੀ ਜਿਹਾ ਇਹਨੇ ਲਾ ਲਿਆ, ਪਤਾ ਨਹੀਂ ਕੀ ਸਪਾਈਡਰਮੈਨ ਦੇਖਦਾ ਤੜਕੇ ਤੜਕੇ। ਅਤੇ ਅੱਜ ਮੇਰਾ ਇੱਥੋਂ ਇੱਕ ਆਹ ਨਾ ਮੋਢਾ ਦੁਖੀ ਜਾਂਦਾ। ਮੈਂ ਤਾਂ ਕੋਈ ਕੱਲ੍ਹ ਇੱਦਾਂ ਦਾ ਕੋਈ ਖਾਸ ਕੰਮ ਵੀ ਨਹੀਂ ਕੀਤਾ ਹੈਗਾ ਜਿਹੜਾ ਮੈਨੂੰ ਸਰਵਾਈਕਲ ਹੋ ਗਿਆ, ਪਤਾ ਨਹੀਂ ਕਿਉਂ ਮੋਢਾ ਦੁਖਦਾ ਹੈ। ਚਲੋ ਜੀ, ਮੈਂ ਟ੍ਰਾਈਪੋਡ 'ਤੇ ਲਾ ਲਵਾਂ ਫੋਨ, ਆਪਾਂ ਬਲੌਗ ਸ਼ੁਰੂ ਕਰ ਲਿਆ। ਅਤੇ ਜੁੜੇ ਰਹੋ ਤੁਸੀਂ ਬਲੌਗ ਦੇ ਨਾਲ, ਐਂਡ ਤੱਕ ਦੇਖਦੇ ਆ ਅੱਜ ਪੂਰੇ ਦਿਨ ਦੇ ਵਿੱਚ ਤੁਹਾਡੇ ਨਾਲ ਕੀ ਕੀ ਕਦੋਂ ਕਦੋਂ ਸ਼ੇਅਰ ਕੀਤਾ ਜਾਂਦਾ ਹੈ, ਕਦੋਂ ਕਦੋਂ ਕੈਮਰਾ ਔਨ ਹੁੰਦਾ ਆ, ਕਦੋਂ। ਅਤੇ ਲਓ ਜੀ, ਆਪਾਂ ਹੋ ਗਏ ਕੰਮ 'ਤੇ ਸ਼ੁਰੂ ਫਿਰ ਤੋਂ। ਗਰਮੀ ਹੋਵੇ, ਸਰਦੀ ਹੋਵੇ, ਕੁਛ ਵੀ ਹੋਵੇ, ਆਥਣ ਹੋਵੇ, ਸਵੇਰ ਹੋਵੇ, ਕੰਮ 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 ਕੰਮ, ਪਤਾ ਨਹੀਂ ਕੰਮ ਕਰਕੇ ਕੀ ਇਨਾਮ ਮਿਲਣੇ ਨੇ। ਅਤੇ ਕੰਮ ਨੂੰ ਦਿਲ ਕਰੇ ਨਾ ਕਰੇ ਕਰਨਾ ਪੈਂਦਾ ਹੀ ਪੈਂਦਾ। ਅਤੇ ਦਿਲ ਬਿਲਕੁਲ ਨਹੀਂ ਸੀ ਕਰਦਾ, ਗਰਮੀ ਬਹੁਤ ਜ਼ਿਆਦਾ ਸੀ, ਇੱਦਾਂ ਦਿਲ ਕਰਦਾ ਸੀ ਬਸ ਅੱਜ ਕੋਈ ਕੰਮ ਨਾ ਕਰੀਏ। ਅਤੇ ਅੱਜ ਸਾਰੇ ਦਿਨਾਂ ਨਾਲੋਂ ਵੱਧ ਕੰਮ, ਅਤੇ ਉਹ ਵੀ ਗਰਮੀ ਇੰਨੀ ਹੱਦੋਂ ਵੱਧ ਗਰਮੀ। ਅਤੇ ਇੱਥੇ ਮੈਂ ਜਹਾਰ ਨੂੰ ਕਿਹਾ ਮੰਜੇ 'ਤੇ ਬੈਠ, ਚੱਲ ਮੈਂ ਤੇਰੀ ਬੈੱਡਸ਼ੀਟ ਜਿਹੜੀ ਵਿਛਾ ਦੇਵਾਂ, ਅਤੇ ਫਿਰ ਵਧੀਆ ਨਹੀਂ ਲੱਗਦਾ ਇੱਦਾਂ। ਉਹਨੂੰ ਤਾਂ ਉੱਦਾਂ ਹੀ ਬੈਠਾ ਰਹਿਣਾ ਸੀ, ਚਾਹੇ ਮੈਂ ਉਹਨੂੰ ਪੂਰਾ ਦਿਨ ਬਿਠਾਈ ਰੱਖਾਂ, ਉਹਨੇ ਟੀ ਵੀ ਇੱਦਾਂ ਹੀ ਦੇਖੀ ਜਾਣਾ। ਪਰ ਮੈਂ ਉਹਨੂੰ ਕਿਹਾ ਵੀ ਤੋੜ ਜਾ ਇੱਥੋਂ, 2 ਮਿੰਟ ਦਾ ਕੰਮ ਨਹੀਂ ਹੈਗਾ। ਬਾਕੀ ਗੋਹਾ ਗੋਹਾ ਚੱਕਤਾ ਆਪਾਂ ਨੇ ਸਾਰਾ, ਸੁੰਬਰਤਾ ਨਾਲ ਆਉਣਾ ਰਹਿ ਗਿਆ ਇਹਨਾਂ ਨੂੰ। ਦੇਖਦੇ ਹਾਂ ਫਿਰ, ਜਾਂ ਮੈਂ ਨਾਲ ਆਊਂ ਜਾਂ ਇਹ ਨਾਲ ਆਉਣਗੇ। ਤਿੱਖੀ ਓਏ, ਪਾਣੀ ਪੀ ਜਾਂਦਾ, ਪੀਲਾ 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 ਪੀਲਾ। ਭਰਪੂਰ ਸਿੰਘ ਤਾਂ ਗੁੱਸੇ ਹੋਇਆ ਖੜਾ, ਕੀ ਕਰਨਾ ਮਿੱਠੀ ਨਹਾਉਣਾ, ਫਿਰ ਨਾਲ ਆਊਂ, ਪਹਿਲਾਂ ਅੱਜ ਮੈਂ ਕੰਮ ਕਰ ਲਾਂ। ਅਤੇ ਲਓ ਜੀ, ਇੱਥੇ ਦੁੱਧ ਵਾਲੇ ਭਾਂਡੇ 'ਤੇ ਦਲੀ ਵਾਲਾ ਪਤੀਲਾ ਵੀ ਰਹਿੰਦਾ ਸੀ ਧੋਣ ਤੋਂ, ਮੈਂ ਉਹ ਵੀ ਧੋਤੇ। ਅਤੇ ਕੰਮ ਪਤਾ ਨਹੀਂ ਸਮਝ ਨਹੀਂ ਲੱਗਦੀ ਹੈਗੀ, ਗਰਮੀ ਦੇ ਕਾਰਨ ਹੀ ਆ। ਮੇਰਾ ਇਕੱਲੀ ਦਾ ਰੋਣਾ ਨਹੀਂ ਹੈਗਾ, ਇਹ ਸਾਰਿਆਂ ਦਾ ਹੀ ਰੋਣਾ ਆ। ਸਾਰੇ ਕਹਿੰਦੇ ਆ ਇਸ ਵਾਰ ਵੀ ਗਰਮੀ ਬਹੁਤ ਜ਼ਿਆਦਾ ਆ, ਮੈਨੂੰ ਲੱਗੀ ਜਾਂਦਾ ਮੈਨੂੰ ਹੀ ਲੱਗਦੀ ਆ, ਪਰ ਨਹੀਂ, ਸਾਰਿਆਂ ਦਾ ਜੀ ਤੋਂ ਵੀ ਪੁੱਛੋ ਹੀ ਕਹਿੰਦਾ ਗਰਮੀ ਬਹੁਤ ਜ਼ਿਆਦਾ। ਇਸ ਵਾਰ ਪਤਾ ਨਹੀਂ ਜ਼ਿਆਦਾ ਹੀ ਗਰਮੀ ਆ ਨਾ, ਮੀਂਹ ਨਹੀਂ ਪੈ ਰਿਹਾ ਹੈਗਾ ਉਹਦੇ ਕਰਕੇ ਆ। ਅਤੇ ਰੱਬ ਵੀ ਢੀਠ ਹੋਈ ਜਾਂਦਾ, ਜਿੰਨਾ ਆਪਾਂ ਕਹੀ ਜਾਂਦੇ ਹਾਂ ਉਨੀ ਢੀਠ ਹੋਈ ਜਾਂਦਾ ਆ। ਅਤੇ ਕੋਈ ਵੀ ਕੰਮ ਆ ਜਿਹੜਾ ਬਸ ਧਿਆਨ ਨਾਲ ਕਰਾਂਗੇ ਤਾਂ ਹੀ ਹੁੰਦਾ ਆ, ਨਹੀਂ ਹੁੰਦਾ ਨਹੀਂ ਹੈਗਾ। ਅਤੇ ਦੁੱਧ ਵਾਲੇ ਭਾਂਡੇ ਆ ਜਿਹੜੇ ਮੈਂ ਅੱਜ ਸਵੇਰੇ ਪਹਿਲਾਂ ਧੋਣੇ ਸੀ, ਫਿਰ ਮੈਂ ਅੰਦਰੋਂ ਸਾਬਣ ਲਿਆਉਣ ਵਾਲਾ ਸੀਗਾ। ਇਹ ਵੀ ਬਸ ਇੱਕ ਮੇਰੀ ਘੋਲ ਆ ਵੀ ਇੱਥੇ ਸਾਬਣ ਪਾ ਕੇ ਰੱਖਣਾ ਨਾ ਡੱਬੀ ਦੇ ਵਿੱਚ, ਥੋੜ੍ਹਾ ਜਿਹਾ ਅੰਦਰਲੇ ਸਾਬਣਦਾਨੀ ਦੇ ਵਿੱਚੋਂ ਕੱਟ ਕੇ ਰੱਖੂੰਗੀ, ਬਸ ਦਿਮਾਗ 'ਚੋਂ ਨਿਕਲ ਜਾਂਦਾ ਆ। ਅਤੇ ਅੰਦਰੋਂ ਸਾਬਣ ਲਿਆਉਣ ਦੀ ਕਾਰਨ ਜਿਹੜੇ ਮੇਰੇ ਭਾਂਡੇ ਰਹਿ ਗਏ ਸੀ, ਫਿਰ ਮੈਂ ਕਿਹਾ ਚਲੋ ਬਾਅਦ ਵਿੱਚ ਧੋਣੀ ਆ, ਅੰਦਰੋਂ ਸਾਬਣ ਲੈ ਕੇ ਆਉਂਦੀ ਹਾਂ। ਅਤੇ ਕੋਈ ਹੈਗਾ ਵੀ ਨਹੀਂ ਸੀਗਾ ਮੇਰੇ ਕੋਲ, ਹੈ ਨਾ, ਜਹਾਰ ਤਾਂ ਟੀ ਵੀ ਦੇਖੀ ਜਾਂਦਾ ਸੀਗਾ ਵੀ ਜਿਹੜਾ, ਮੈਂ ਉਹਨੂੰ ਆਵਾਜ਼ ਲਾ ਦਿੰਦੀ, ਫਿਰ ਮੈਂ ਆਪਦਾ ਨਹਾ ਧੋ ਕੇ ਫਿਰ ਬਾਅਦ ਵਿੱਚ ਸਾਬਣ ਲੈ ਕੇ ਆਈ, ਚੱਕ ਕੇ ਇਹਦੇ ਨਾਲੇ ਕੈਮਰਾ ਔਨ ਕੀਤਾ ਆਪਾਂ ਨੇ।
ਤੇ ਫਿਰ ਮੈਂ ਕਿਹਾ ਵੀ ਨਾਲ ਆਪਾਂ ਨਾਲ ਦੀ ਨਾਲ ਬਲੌਗ ਬਣਦਾ ਰਹੂਗਾ ਤੇ ਨਾਲ ਦੀ ਨਾਲ ਆਪਾਂ ਜਿਹੜੇ ਕੰਮ ਕਰ ਲਾਂਗੇ। ਨਹੀਂ ਤਾਂ ਫਿਰ ਐਂ ਹੋ ਜਾਂਦਾ, ਕਈ ਵਾਰੀ ਮੇਰੇ ਤੋਂ ਤਾਂ ਐਂ ਹੋ ਜਾਂਦਾ ਹੁੰਦਾ, ਮੈਂ ਕੰਮ ਲੱਗ ਜਾਂਦੀ ਹਾਂ ਤੇ ਕੈਮਰਾ ਔਨ ਕਰਨਾ ਹੀ ਰਹਿ ਜਾਂਦਾ, ਤੇ ਉਦੋਂ ਨੂੰ ਸਾਰਾ ਕੰਮ ਖਤਮ ਹੋ ਜਾਂਦਾ। ਫਿਰ ਬਾਅਦ 'ਚ ਚਾਕੂ ਵਾਲਾ ਦਾਲਾ ਵੀ ਹੁਣ ਮੈਂ ਬਲੌਗ ਕਾਹਦਾ ਬਣਾਵਾਂ, ਕਿਉਂਕਿ ਕੰਮ ਕਰਦਾ ਹੀ ਬੰਦਾ ਵਧੀਆ ਲੱਗਦਾ ਹੈ ਦੇਖਣ ਵਾਲੇ ਨੂੰ ਵੀ, ਅਤੇ ਬੈਠ ਕੇ ਗੱਲਾਂ ਮਾਰਨ ਵਾਲਾ ਵੀ ਨਹੀਂ ਜ਼ਿਆਦਾ ਵਧੀਆ ਲੱਗਦਾ। ਅਤੇ ਗਰਮੀ ਬਹੁਤ ਜ਼ਿਆਦਾ ਹੈ, ਵਾਰ ਵਾਰ ਇੱਕੋ ਗੱਲ ਗਰਮੀ ਗਰਮੀ ਗਰਮੀ। ਅਤੇ ਲਓ ਜੀ ਹੁਣ ਆਪਾਂ ਦਲੀਆ ਵੀ ਰੱਖ ਦਾਂਗੇ ਚੁੱਲ੍ਹੇ 'ਤੇ। ਦਲੀਆ ਬਣਾਉਣ ਨੂੰ ਮੇਰਾ ਜੀ ਤਾਂ ਕਰਦਾ ਨਹੀਂ ਹੁੰਦਾ, ਪਰ ਹੁਣ ਕੀ ਕਰੀਏ। ਇਹ ਵੀ ਮੈਨੂੰ ਕਹਿੰਦੇ ਕਹਿੰਦੇ ਮੱਝ ਖਾਂਦੀ ਤਾਂ ਨੱਕ ਬੁੱਲ ਮਾਰ ਕੇ ਹੀ ਆ, ਮਰਜ਼ੀ ਹੈ ਤੇਰੀ, ਧਰਨਾ ਧਰ ਨਹੀਂ ਧਰਨਾ ਨਾ ਧਰ। ਅਤੇ ਮੈਂ ਇਕੱਲੀ ਇਹਨਾਂ ਨੂੰ ਕਹਿਤਾ ਸੀਗਾ, ਮੈਂ ਕਿਹਾ ਕੱਲੂ ਤਾਂ ਮੈਂ ਸ਼ਾਇਦ ਇਹ ਦਲੀਆ ਰੱਖਾਂ, ਵੀ ਗਰਮੀ ਬਹੁਤ ਜ਼ਿਆਦਾ ਆ, ਹੈ ਨਾ, ਵੀ ਮੇਰੇ ਤੋਂ ਚੁੱਲ੍ਹੇ ਮੂਹਰੇ ਬੈਠਿਆ ਨਹੀਂ ਜਾਂਦਾ ਹੈਗਾ ਅੱਗ ਬਾਲਣ ਵਾਸਤੇ। ਅਤੇ ਇੱਕ ਉਹ ਵੀ ਸਮਾਂ ਹੁੰਦਾ ਸੀ ਮੈਂ ਚੁੱਲ੍ਹੇ 'ਤੇ ਰੋਟੀ ਬਣਾ ਲੈਂਦੀ ਹੁੰਦੀ ਸੀ, ਅਤੇ ਇੱਕ ਅੱਜ ਆ ਵੀ ਸਮਾਂ ਵੀ ਮੇਰੇ ਤੋਂ 2 ਮਿੰਟ ਬਈ ਚੁੱਲ੍ਹੇ ਕੋਲ ਨਹੀਂ ਜਾਇਆ ਜਾਂਦਾ ਹੈਗਾ, ਗਰਮੀ ਪਤਾ ਨਹੀਂ ਕਿਉਂ ਗਰਮੀ ਬਹੁਤ ਜ਼ਿਆਦਾ ਲੱਗਦੀ ਹੈ। ਅਤੇ ਦਲੀਆ ਰੱਖ ਕੇ ਆਉਣ ਤੋਂ ਬਾਅਦ ਇਹ ਕਹਿੰਦੇ ਮੈਨੂੰ ਦੇ ਚਾਹ, ਫਿਰ ਮੈਂ ਪੱਠੇ ਵੱਢ ਕੇ ਲੈ ਕੇ ਆਉਣੇ ਆ, ਅਤੇ ਫਿਰ ਨਾਲ ਇਹਨਾਂ ਨੂੰ ਚਾਹ ਦੇਣੀ ਸੀਗੀ। ਅਤੇ ਮੈਂ ਵੀ ਚਾਹ ਪੀਣ ਲੱਗ ਗਈ, ਮੈਂ ਕਿਹਾ ਚਲੋ ਮੈਂ ਵੀ ਚਾਹ ਪੀ ਕੇ, ਚਾਹ ਗਰਮੀ ਜਿੰਨੀ ਮਰਜ਼ੀ ਹੋਵੇ ਬਸ ਚਾਹ ਜਿਹੜਾ ਨਸ਼ਾ ਲੱਗਿਆ ਉਹਦੇ ਬਿਨਾਂ ਨਹੀਂ ਰਿਹਾ ਜਾਂਦਾ ਹੈਗਾ, ਅਤੇ ਮੈਨੂੰ ਤਾਂ ਸਪੈਸ਼ਲ ਲੱਗੀ ਗਿਆ ਨਸ਼ਾ ਚਾਹ ਦਾ, ਅਤੇ ਮੈਨੂੰ ਤਾਂ ਡਾਕਟਰ ਵੀ ਹੰਭ ਗਿਆ ਕਹਿ ਕਹਿ ਕੇ। ਫਿਰ ਆਖਰ ਨੂੰ ਡਾਕਟਰ ਨੇ ਵੀ ਕਹਿਤਾ ਵੀ ਬੀਬਾ ਪੀ ਲਿਆ ਕਰ, ਥੋੜ੍ਹੀ 'ਚ ਪੀ ਲਿਆ ਕਰ, ਜ਼ਿਆਦਾ ਨਾ। ਹੁਣ ਮੈਂ ਜਾਣੀ ਕਿ 2 ਵਾਰੀ ਪੀ ਲੈਂਦੀ ਹੁੰਦੀ ਹਾਂ ਸਵੇਰੇ। ਯਾਰ ਰੋਟੀ ਖਾ ਲੈ, ਟੀਵੀ ਦੇ ਵਿੱਚ ਵੜਿਆ ਪਿਆ, ਨਾ ਗਰਮੀ ਦੇ ਵਿੱਚ ਰੋਟੀ ਬਣਾਵੇ ਤੇ ਨਾ ਹੀ ਖਾਵੇ। ਕਿਉਂ ਵੀ ਯਾਰ ਕਿਆ ਕਰਦੇ ਨਜ਼ਾਰੇ ਆ ਇੱਥੇ, ਹਾਏ ਹੋਏ ਰੱਬਾ ਇੰਨੀ ਗਰਮੀ ਕਿਉਂ ਆ ਗਈ ਤੇ ਯਾਰ, ਹਾਏ ਉੱਠ ਕੇ ਲੈ ਕੇ ਨਾਲੇ ਮੈਨੂੰ ਲਿਆ, ਤੇ ਮੈਂ ਤਾਂ ਆਪ ਪਸੀਨਾ ਪਸੀਨਾ ਹੋ ਕੇ ਆਈ ਆ, ਲੱਸੀ 'ਚ ਬਰਫ਼ ਪਾਉਣੀ ਸੀਗੀ ਭੁੱਲ ਗਈ। ਮੈਂ ਤਾਂ ਸ਼ਹਿਰ ਜਾਵਾਂ ਖੁੱਲੇ ਖੁੱਲੇ ਸੂਟ ਸਿਉਂ ਕੇ ਵਧੀਆ ਵਧੀਆ ਨਵੇਂ ਲਿਆ ਕੇ, ਪਰ ਇੰਨੀ ਗਰਮੀ 'ਚ ਪਾਣੇ ਵੀ ਨਹੀਂ ਗਏ, ਹਾਏ ਰੱਬਾ ਵਾਲੀ ਗਰਮੀ ਆ। ਇੱਥੇ ਬੈਠੇ ਰਹੋ ਨਜ਼ਾਰੇ ਨਾਲ, ਨਹੀਂ ਪਾਣੀ ਲਓ ਜੀ। ਟਾਈਮ ਜਿਹੜਾ 4 ਵੱਜ ਗਏ, ਮੈਂ ਥੱਕ ਗਈ ਅੱਕ ਗਈ ਇਹਨਾਂ ਦੀਆਂ ਰੋਟੀਆਂ ਪਕਾ ਪਕਾ ਕੇ, ਹਾਏ ਰੱਬਾ ਮੈਂ ਤਾਂ ਬੁਰੀ ਹਾਲਤ ਹੋਈ ਪਈ ਆ, ਇੰਨਾ ਪਸੀਨਾ ਆਉਂਦਾ ਪਾਪੀ ਲੋਕੋ, ਕਿਤੇ ਮੀਂਹ ਪੈ ਲੈਣ ਦਿਓ, ਇੱਧਰ ਇੱਕ ਹੋਰ ਬੈਠਾ, ਇਹਨੂੰ ਆਪਾਂ ਕੀ ਕਹਿ ਸਕਦੇ ਹਾਂ, ਰੱਬ ਦਾ ਸ਼ਰੀਕ ਆ ਇਹ, ਅਤੇ ਸ਼ਰੀਕਾਂ ਦਾ ਬੱਚਾ, ਰੱਬ ਦੇ ਸ਼ਰੀਕਾਂ ਦਾ ਬੱਚਾ, ਪਤਾ ਕੀ ਕਹਿੰਦਾ, ਕਹਿੰਦਾ ਮੰਮੀ ਪਿੰਨੀਆਂ ਬਣਾ ਦਿਓ। ਹਾਏ ਓਏ ਰੱਬਾ ਮੈਨੂੰ ਐਂ ਕਰੋ, ਤੁਸੀਂ ਗੈਸ 'ਤੇ ਕੜਾਹੀ ਰੱਖ ਕੇ ਉਹਦੇ ਵਿੱਚ ਮੈਨੂੰ ਬਿਠਾ ਦਿਓ, ਜੇ ਤੁਹਾਡਾ ਢਿੱਡ ਭਰ ਜੇ। ਮੈਂ ਇੰਨੀ ਪਾਗਲ ਹੋ ਗਈ ਕੱਪੜੇ ਧੋ ਕੇ ਆਈ ਹਾਂ, ਨਾ ਸਵੇਰ ਦੇ ਕਿਸੇ ਨੇ ਡੰਗਰ ਪੁੱਛੇ ਨੇ, ਉੱਪਣੇ ਖੜੇ ਨੇ, ਨਾ ਮੇਰੇ ਗਲ ਦਾ ਹਾਰ ਨੇ ਉਹ ਜੇ ਫੜ ਕੇ ਪੁੱਛੇ ਮੈਂ ਕਿੰਨਾ ਕੁ ਦੁੱਧ ਪੀ ਲੈਂਦੀ ਹਾਂ, ਜਾਂ ਕਿੰਨੇ ਕੁ ਇਹਨਾਂ ਦੇ ਦੁੱਧ ਦੇ ਪੈਸੇ ਫੜ ਲੈਂਦੀ ਹਾਂ, ਮੈਨੂੰ ਕਦੇ ਦਿਖਾਏ ਵੀ ਨਹੀਂ ਇਹਨਾਂ ਨੇ ਪੈਸੇ। ਆਹ ਦੇਖ ਆਹ ਨੇ ਨਜ਼ਾਰੇ, ਇਹਨੂੰ ਕਹਿੰਦੇ ਨੇ ਨਜ਼ਾਰੇ ਆਹ ਬੰਦੇ ਦੇ, ਆਹ ਇਹਦੀ ਸੀਟ ਆ ਪੱਕੀ ਹੋਈ। ਪਸੀਨਾ ਆ ਕੇ ਮੇਰੀ ਬੁਰੀ ਹਾਲਤ ਹੋ ਗਈ, ਮੇਰਾ ਰੰਗ ਵੀ ਕਾਲਾ ਹੋ ਗਿਆ। ਇੱਥੇ ਕੈਨੇਡਾ ਇਹ ਭਾਈ ਬੱਬੂ ਚੱਲ ਡੰਗਰ ਨਾਲ ਹਾਲਾ ਚੱਲ ਕੇ।
ਇਹਨੂੰ ਲੱਗੇ ਭਗਤ ਜਦੋਂ ਮੈਂ ਰੋਟੀ ਬਣਾ ਕੇ ਦਿੱਤੀ ਇਹਨੇ ਇੱਕ ਰੋਟੀ ਮਸਾਂ ਰੋ ਪਿੱਟ ਕੇ ਖਾਧੀ। ਉਦੋਂ ਵੀ ਇਹ ਕਹਿੰਦਾ ਸੀ ਆਪਣੇ ਲੱਗਿਆ ਅੱਜ ਭਈਆ ਲੱਗਿਆ ਹੋਇਆ ਇੱਕ ਉਹ ਕਰਦਾ ਉਹ ਕੀ ਕਹਿੰਦੇ ਹੁੰਦੇ ਨੇ ਉਹਨੂੰ ਪਤਾ ਨਹੀਂ ਬੰਨੇ ਬੰਨੇ ਵੜਦਾ ਕੱਖ ਕੱਢਦਾ ਖੇਤ ਚੋਂ ਘਾਹ ਫੂਸ ਹਾਏ ਹਾਏ ਮੈਂ ਤਾਂ ਰੋਟੀਆਂ ਪਕਾ ਪਕਾ ਪਾਗਲ ਹੋ ਗਈ ਕੰਮ ਕਰ ਕਰਕੇ। ਇਨਾਮ ਦਾ ਟਿੱਕਾ ਪਤਾ ਨਹੀਂ ਕਿੱਦਣ ਮਿਲਣਾ, ਮਿਲੂਗਾ ਕਿ ਨਹੀਂ ਮਿਲੂਗਾ ਮੈਨੂੰ ਨਹੀਂ ਲੱਗਦਾ। ਟਿੱਕਾ ਲਾਉਣਾ ਹਾਂ ਲਾਤੇ ਲੱਖ ਨਹੀਂ ਕਿਹਨੇ ਇਨਾਮ ਦੇਣਾ ਇੱਥੇ ਵੀ ਕੋਈ ਕੰਮ ਕੀਤਾ ਕੋਈ ਨਹੀਂ ਪੁੱਛਦਾ ਅੱਜ ਅੱਜ ਕੱਲ੍ਹ ਦੇ ਸਮੇਂ 'ਚ। ਇਹਨੂੰ ਭੁੱਖ ਲੱਗੀ ਆ ਹੁਣ ਮੈਂ ਤਾਂ ਸੂਟ ਨਹੀਂ ਪਾ ਹੋਇਆ ਮੈਂ ਲਾ ਕੇ ਮਾਰਿਆ ਸੂਟ ਪਰੇ ਆਪਾਂ ਤਾਂ ਆਪਦੇ ਦੇਸੀ ਕੱਪੜੇ ਪਾ ਲਏ ਕਿਧਰੇ ਨਹੀਂ ਜਿਹਨੇ ਵੀਡੀਓ 'ਚ ਨਗੋਚਾ ਕੱਢਣੀਆਂ ਨੇ ਕੱਢ ਲਿਓ ਜਿਹਨੇ ਚੰਗਾ ਕਹਿਣਾ ਉਹਨੇ ਕਹੀ ਦੇਣਾ ਜਿਹਨੇ ਮਾੜਾ ਕਹਿਣਾ ਉਹਨੇ ਮਾੜਾ ਹੀ ਕਹਿਣਾ ਚਾਹੇ ਤੁਸੀਂ ਕੁਛ ਵੀ ਕਰ ਦਿਓ। ਹਏ ਜੇ ਮੇਰੇ ਸਮੇਂ 'ਚ ਏ ਸੀ ਲੱਗਿਆ ਹੁੰਦਾ ਮੈਂ ਪੜ੍ਹਦੀ ਹੁੰਦੀ ਨਜ਼ਾਰੇ ਆਉਂਦੇ ਮੈਂ ਤਾਂ ਪੜ੍ਹੀ ਹੋ ਜਾਂਦੀ ਸਾਨੂੰ ਤਾਂ ਉਦੋਂ ਵੀ ਨਹੀਂ ਸੀ ਇੱਕ ਨਜ਼ਾਰੇ ਕਦੇ ਉੱਥੇ ਛਾਵਾਂ ਆ ਗਈ ਉੱਥੇ ਮੰਜਾ ਖਿੱਚ ਲਓ ਕਦੇ ਉੱਥੇ ਛਾਵਾਂ ਆ ਗਈ ਉੱਥੇ ਮੰਜਾ ਖਿੱਚ ਲਓ ਨਿਆਣੇ ਇੰਜਣ ਕੋਲੇ ਛਾਵਾਂ ਆ ਗਈ ਨਿਆਣੇ ਉੱਥੇ ਆ ਗਈ ਅੱਛਾ ਉੱਥੇ ਆ ਜਾਓ ਇਹ ਇੱਥੇ ਹਵਾਲਾ ਜੇ ਸਾਡੇ ਜੀਰੀ ਵਾਲਾ ਘਰ ਹੁੰਦਾ ਸੀ ਆ ਜਾਓ ਨਿਆਣੇ ਜੀਰੀ ਵਾਲੇ ਬਹਿ ਜਾਓ ਇਹ ਤਾਂ ਸਾਡੇ ਜੀਰੀ ਵਾਲਾ ਘਰ ਵੀ ਹੁੰਦਾ ਸੀ ਸਾਡੀ ਮੰਜੀ ਕਦੇ ਉੱਥੇ ਕਦੇ ਉੱਥੇ ਨਿਆਣੇ ਜੀਰੀ ਵਾਲੇ ਬਹਿ ਜਾਓ ਉੱਥੇ ਹਵਾ ਲੱਗਦੀ ਆ ਸਿਰ 'ਚ ਪਸੀਨਾ ਹਾਏ ਹਸੀਨਾ ਮੇਰੇ ਸਿਰ 'ਚ ਪਸੀਨਾ ਇਹਨੂੰ ਕਿਹਾ ਸ਼ੈਂਪੂ ਲਾ ਲਾ ਕਹਿੰਦਾ ਸ਼ਾਮ ਨੂੰ ਲਾਓ 4 ਵਜੇ ਪੈ ਰਹੇ ਹੁਣ ਤਾਂ ਮੈਂ ਆਥਣੇ ਫਿਰ ਭਈਏ ਨੂੰ ਰੋਟੀ ਲੈ ਕੇ ਜਾਣੀ ਹੈ ਹਾਏ ਓਏ ਰੱਬਾ ਨੀਂਦ ਆਉਂਦੀ ਹੈ ਮੈਨੂੰ ਜਦ ਤੋਂ ਉੱਠ ਖੜ ਮੁੜ ਕੇ ਇੱਕ ਮਿੰਟ ਦਾ ਵਿਹਲ ਨਹੀਂ ਹੈਗਾ ਹੁਣ ਵੀ ਹੁਣ ਡੰਗਰਾਂ 'ਚ ਜਾਣਾ ਉੱਥੇ ਦੇਖਾਂ ਕੀ ਕਰਾਂ ਉਹਨਾਂ ਨੇ ਨਲਾ ਕੇ ਆਵਾਂ ਫਿਰ ਆਪ ਨਹਾ ਕੇ ਫਿਰ ਆਥਣ ਦਾ ਰੋਟੀ ਟੋਕਰ ਧਰ ਤੂੰ ਆਪਾਂ 'ਚ ਕੋਈ ਨਹੀਂ ਚੋਣੀ ਹੈਗੀ ਅੱਜ ਆਪਣੇ ਹੱਥ ਖੜੇ ਨੇ ਮੇਰੇ ਤਾਂ ਸਾਹ ਬੰਦ ਹੁੰਦਾ ਜਾਂਦਾ ਰੱਬ ਨੂੰ ਤਾਂ ਕਹਿਣਾ ਬੰਦ ਕਰ ਦਿਓ ਰੱਬ ਨੇ ਤਾਂ ਆਪਣੀਆਂ ਮਰਜ਼ੀਆਂ ਕਰਨੀਆਂ ਨੇ ਹਨਾ ਯਾਰ ਹਾਲੇ ਵੀਡੀਓ ਐਡੀਟਿੰਗ ਕਰਨੀ ਹੈ ਦੂਸਰੇ ਚੈਨਲ 'ਤੇ ਪਾਉਣੀ ਹੈ ਹਾਂ ਗੱਲ ਤਾਂ ਸਹੀ ਹੈ ਯਾਰ ਨੂੰ ਕੀ ਬਿੱਲ ਵੀ ਐਡਾ ਵੱਡਾ ਆਉਣਾ ਜਿੱਦਣ ਆਉਣਾ ਹਾਏ ਹਾਏ ਇਹਨੂੰ ਬੰਦ ਕਰਦਿਆ ਕਰਦੇ ਯਾਰ ਇਹ ਫ੍ਰੀ ਥੋੜ੍ਹੀ ਚੱਲਦਾ ਤੇਰੇ ਲਈ ਫ੍ਰੀ ਚਾ ਚਲੋ ਜੀ ਜਾ ਕੇ ਦੇਖੀਏ ਡੰਗਰਾਂ ਦਾ ਹਾਲ ਚਾਲ ਉੱਥੇ ਜਾ ਕੇ ਮਿਲਦੇ ਆ ਤੁਹਾਨੂੰ ਆਓ ਪੈਪ ਲੱਗਿਆ ਹੋਇਆ ਆਪਣੇ ਪੁੱਛੀ ਦੇ ਹੁਣ ਹਵਾ ਚੱਲੀ ਆ ਪਾਣੀ ਕਿੱਥੇ ਪੀਂਦੀਆਂ ਨੇ
ਨਹਾਉਣਾ ਬਸ ਇਹਨਾਂ ਨੇ ਤਾਂ ਪਾਣੀ ਥੋੜ੍ਹੀ ਪੀਣਾ। ਚੱਲ ਪੈਪ ਲਾ ਕੇ ਫੜਾਓ, ਖੇਤੀ ਕਰੋ, ਮੇਰੇ ਕੋਲ ਟਾਈਮ ਨਹੀਂ ਹੈਗਾ। ਤੁਹਾਡੇ ਕੋਲ ਟਾਈਮ ਬਥੇਰਾ, ਮੇਰੇ ਕੋਲ ਨਹੀਂ ਹੈਗਾ। ਅਤੇ ਲਓ ਜੀ, ਜਿਵੇਂ ਹੁਣ ਤੁਹਾਨੂੰ ਦੱਸਿਆ ਵੀ ਸ਼ਾਮ ਦੇ ਹੁਣ 5 ਵੱਜ ਗਏ, ਅਤੇ 5:30 ਪਤਾ ਨਹੀਂ ਕਿੰਨੇ ਦਾ ਟਾਈਮ ਸੀਗਾ, 4:30 ਦਾ ਹੋ ਗਿਆ ਸੀ ਸ਼ਾਇਦ, ਹਾਂ 5 ਨਹੀਂ ਸੀ ਵੱਜੇ, 4:30 ਦਾ ਟਾਈਮ ਸੀਗਾ। ਅਤੇ ਤੁਹਾਨੂੰ ਮੈਂ ਦੱਸਿਆ ਹੀ ਆ ਵੀ ਕਿਸੇ ਨੇ ਪਸ਼ੂ ਜਿਹੜੇ ਨਹੀਂ ਨਲਾਏ ਹੈਗੇ, ਹੈ ਨਾ, ਵੀ ਇਹ ਵਿਚਾਰੇ ਬੇਜਵਾਨੇ ਨੇ, ਇਹਨਾਂ ਨੇ ਕਿਸੇ ਨੂੰ ਬੋਲ ਕੇ ਨਹੀਂ ਕਹਿਣਾ ਹੈਗਾ ਵੀ ਸਾਨੂੰ ਨਲਾ ਦਿਓ ਜਾਂ ਸਾਨੂੰ ਪਾਣੀ ਪਿਲਾ ਦਿਓ, ਟਾਈਮ ਟਾਈਮ ਨਾਲ ਆਪ ਹੀ ਸਾਰਾ ਕੰਮ ਕਰਨਾ ਪੈਂਦਾ ਇਹਨਾਂ ਦਾ। ਅਤੇ ਫਿਰ ਮੈਨੂੰ ਲੱਗਿਆ ਵੀ ਇਹਨਾਂ ਨੇ ਨਲਾਏ ਨਹੀਂ ਹੈਗੇ, ਇਹਨਾਂ ਜੇ ਮੈਂ ਨਾ ਨਲਾਉਂਦੀ ਇਹਨਾਂ ਨੇ ਨਲਾਉਣੇ ਵੀ ਨਹੀਂ ਸੀਗੇ। ਇਹ ਤਾਂ ਇੱਦਾਂ ਦੇ ਬੰਦੇ ਆ, ਇਹ ਸਾਰ ਦਿੰਦੇ ਹੁੰਦੇ ਨੇ, ਇਹ ਕਹਿੰਦੇ ਮੀਂਹ ਪੈ ਜੂ, ਮੀਂਹ ਪੈ ਜੂ। ਮੀਂਹ ਕਿੱਥੋਂ ਪੈਂਦਾ ਆ ਭਲਾ ਜੀ, ਮੀਂਹ ਕਿਤੇ ਆਇਆ ਖੜਾ ਵੀ ਜਿਹੜਾ ਹੁਣੇ ਪੈ ਜੂਗਾ। ਅਤੇ ਮੈਂ ਇਹਨਾਂ ਨੂੰ ਕਿਹਾ ਵੀ ਰਹਿਣ ਦਿਉ ਭਾਈ, ਮੈਂ ਆਪੇ ਨਲਾ ਦਿੰਦੀ ਹਾਂ, ਤੁਸੀਂ ਨਹੀਂ ਨਲਾਉਣੇ ਨਾ ਸਹੀ। ਵੀ ਜਿਹੜੀ ਡਿਊਟੀ ਆਪਦੀ ਡਿਊਟੀ ਆਪ ਨੂੰ ਹੀ ਦੇਣੀ ਪੈਂਦੀ ਹੈ, ਚਾਹੇ ਮਰ ਕੇ ਦਿਉ, ਚਾਹੇ ਭਰ ਕੇ ਦਿਉ, ਚਾਹੇ ਜਿੱਦਾਂ ਮਰਜ਼ੀ ਦਿਉ, ਜਿਹੜੀ ਮੇਰੀ ਡਿਊਟੀ ਉਹ ਮੈਂ ਹੀ ਦੇਣੀ ਆ, ਹੋਰ ਕਿਸੇ ਨੇ ਨਹੀਂ ਦੇਣੀ ਹੈਗੀ। ਕੋਈ ਨਹੀਂ ਆ ਕੇ ਖੜਦਾ ਹੈਗਾ ਵੀ ਚੱਲ ਤੇਰੀ ਥਾਂ 'ਤੇ ਅਸੀਂ ਕੰਮ ਕਰ ਦਿੰਦੇ, ਮੈਂ ਇਹਨਾਂ ਦੀ ਥਾਂ 'ਤੇ ਕੰਮ ਕਰਦੀ ਫਿਰੀ ਜਾਊਂ, ਪਰ ਜਿੱਥੇ ਮੈਂ ਕੰਮ ਕਰਨਾ ਉਹ ਮੈਂ ਹੀ ਕਰਨਾ। ਇਹਨਾਂ ਨੇ ਕਦੇ ਨਹੀਂ ਕਹਿਣਾ ਹੈਗਾ ਵੀ ਤੇਰੀ ਥਾਂ 'ਤੇ ਅਸੀਂ ਕੰਮ ਕਰ ਦਿੰਦੇ ਹਾਂ। ਜੀ ਆਪਾਂ ਪਸ਼ੂ ਨਵਾ ਤੇ ਆਪ ਨਾ ਲਏ, ਵਧੀਆ ਸਾਫ਼ ਸੁਥਰਾ ਹੋ ਗਿਆ ਸਾਰਾ, ਵਧੀਆ ਲੱਗਦਾ ਆ ਸਾਫ਼ ਸੁਥਰਾ। ਨਾਲੇ ਗਰਮੀ ਬਹੁਤ ਜ਼ਿਆਦਾ ਆ, ਇਹਨਾਂ ਨੂੰ ਵੀ ਹਵਾ ਚੱਲ ਪਈ ਹੁਣ ਠੰਡੀ ਠੰਡੀ। ਟਿੱਕੂ ਟਿੱਕੇ, ਹੁਣ ਤਾਂ ਹਵਾ ਵਧੀਆ ਚੱਲਦੀ ਆ, ਪਹਿਲਾਂ ਨਹੀਂ ਸੀ ਚੱਲਦੀ। ਜਾਂ ਮੈਂ ਉੱਪਰ ਕੱਪੜੇ ਧੋ ਕੇ ਆਈ, 3:30 ਗਈ ਸੀਗੀ, ਇੰਨੀ ਜ਼ਿਆਦਾ ਗਰਮੀ ਸੀ ਬਹੁਤ ਜ਼ਿਆਦਾ। ਤਾਰਾ ਚੋਣੀਆਂ ਨੇ, ਹੁਣ ਮੈਂ ਦਾਲ ਰੱਖ ਕੇ ਆਈ ਹਾਂ ਸ਼ਾਮ ਨੂੰ, ਅੱਜ ਦਾਲ ਪਈ ਆ, ਰੋਟੀ ਲੈ ਕੇ ਜਾਣੀ ਆ। ਬੜੀ ਜ਼ਿਆਦਾ ਗਰਮੀ ਆ, ਤੈਨੂੰ ਕੀ ਚਾਹੀਦਾ? ਰਾਤ ਪਈ ਰਹਿੰਦਾ ਕਿ ਕੜਾ ਪਤਾ ਨਹੀਂ ਕਿੱਧਰ ਨੂੰ ਗਿਆ। ਪਾਣੀ ਪੀਣਾ, ਮੈਨੂੰ ਪਿਆਸ ਲੱਗੀ ਹੋਈ ਆ। ਅਤੇ ਇਹ ਸੀਗਾ ਆਪਣਾ ਅੱਜ ਸੰਡੇ ਦਾ ਵਲੋਗ, ਉਮੀਦ ਆ ਤੁਹਾਨੂੰ ਵਧੀਆ ਲੱਗਿਆ ਹੋਣਾ। ਅਤੇ ਮੇਰੀ ਸੰਡੇ ਦੀ ਰੂਟੀਨ ਤੁਸੀਂ ਦੇਖ ਲਈ, ਫੁੱਲ ਬਿਜ਼ੀ, ਕੋਈ ਸੰਡੇ ਨਹੀਂ, ਕੋਈ ਮੰਡੇ ਨਹੀਂ। ਬਹੁਤ ਬੁਰੀ ਹਾਲਤ ਆ, ਗਰਮੀ ਨੇ ਵੀ ਬੁਰੀ ਹਾਲਤ ਕਰੀ ਵੀ ਆ, ਕੰਮਾਂ ਨੇ ਵੀ ਪਤਾ ਨਹੀਂ ਕੰਮ ਕਰ ਕਰਕੇ ਕਿੱਧਰ ਨੂੰ ਇੰਨਾ ਕੀ ਕਰਨਾ, ਮੈਂ ਤਾਂ ਸਮਝ ਨਹੀਂ ਲੱਗਦੀ ਹੈਗੀ। ਪਹਿਲਾਂ ਵੀ ਮੈਂ ਕਿਹਾ ਸੀ ਵੀ ਕਿਹਨੇ ਨਾਮ ਦਾ ਟਿੱਕਾ ਦੇਣਾ ਇੱਥੇ, ਕਿਸੇ ਨੇ ਨਹੀਂ ਦੇਣਾ ਹੈਗਾ। ਬਸ ਇੱਕ ਸਰਦਾ ਨਹੀਂ ਹੈਗਾ, ਹੈ ਨਾ, ਸਮਾਂ ਵਧੀ ਹੋਈ ਆ। ਜਿਹੜੀ ਇਹ ਇਨਸਾਨ ਜੀਵ 'ਚ ਆ, ਜਿਹੜੇ ਇਨਸਾਨੀ ਜੀਵ ਨੇ ਨਾ, ਇਹਨਾਂ ਦੇ ਵਿੱਚ ਇੱਕ ਤਮਾਂ ਵਧੀ ਹੋਈ ਆ, ਪਤਾ ਨਹੀਂ ਕਿੱਥੇ ਨੂੰ ਜਾਣਾ, ਇੰਨਾ ਕੰਮ ਕਰ ਕਰਕੇ ਕੀ ਕਰਨਾ ਸਮਝ ਨਹੀਂ ਲੱਗਦੀ ਹੈਗੀ। ਅਤੇ ਚਲੋ ਜੀ, ਇਨਸਾਨੀ ਰੂਪੀ ਦੇ ਆ, ਇਹਨੂੰ ਕੰਮ ਕਰਨਾ ਹੀ ਪੈਣਾ। ਅਤੇ ਮਿਲਦੇ ਹਾਂ ਕੱਲ੍ਹ ਨੂੰ ਵਧੀਆ ਜੇ ਨਵੇਂ ਜਿਹੇ ਵਲੋਗ ਦੇ ਨਾਲ। ਅੱਜ ਦਾ ਵਲੋਗ ਆਪਾਂ ਇੱਥੇ ਐਂਡ ਕਰਦੇ ਹਾਂ, ਉਮੀਦ ਆ ਤੁਹਾਨੂੰ ਵਧੀਆ ਲੱਗਿਆ ਹੋਊ। ਵਧੀਆ ਲੱਗਿਆ ਤਾਂ ਪਲੀਜ਼ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਓ। ਚੈਨਲ 'ਤੇ ਪਹਿਲੀ ਵਾਰੀ ਆਏ ਤਾਂ ਚੈਨਲ ਨੂੰ ਬੈਲ ਦੇ ਨਾਲ ਸਬਸਕ੍ਰਾਈਬ ਜ਼ਰੂਰ ਕਰ ਲਿਓ।
ਠੀਕ ਹੈ ਜੀ, ਮਿਲਦੇ ਨੈਕਸਟ ਵਲੌਗ ਦੇ ਨਾਲ, ਰੱਬ ਰਾਖਾ, ਬਾਏ ਬਾਏ।